ਨੰਗਲ ਵਿੱਚ ਇੱਕ ਪਿਤਾ ਆਪਣੇ ਘਰ ਆਏ ਜੁੜਵਾ ਬੇਟਿਆਂ ਦੀ ਖੁਸ਼ੀ ਵੀ ਨਹੀਂ ਮਨਾ ਸਕਿਆ ਅਤੇ ਉਹਨਾਂ ਨੂੰ ਘਰ ਲੈ ਜਾਂਦੇ ਵਕਤ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਮੌਤ ਦੀ ਅਗੋਸ਼ ਵਿੱਚ ਚਲਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇੱਕ ਨਿੱਜੀ ਹਸਪਤਾਲ ਵਿੱਚ ਜਨਮੇ ਜੁੜਵਾ ਦੋ ਬੇਟਿਆਂ ਦਾ ਹਸਪਤਾਲ ਤੋਂ ਛੁੱਟੀ ਕਰਵਾ ਕੇ ਆਪਣੇ ਘਰ ਲੈ ਜਾ ਰਿਹਾ ਸੀ। ਜਨਮੇ ਜੁੜਵਾ ਬੱਚਿਆਂ ਅਤੇ ਮਾਤਾ ਪਿਤਾ ਨੂੰ ਇੱਕ ਹੀ ਗੱਡੀ ਵਿੱਚ ਬਿਠਾ ਕੇ ਆਪ ਉਹਨਾਂ ਦੇ ਪਿੱਛੇ ਪਿੱਛੇ ਆਪਣੇ ਮੋਟਰਸਾਈਕਲ 'ਤੇ ਘਰ ਦੇ ਵੱਲ ਜਾ ਰਹੇ ਸੀ ਕਿ ਅਚਾਨਕ ਪਤਾ ਨਹੀਂ ਕੀ ਹੋਇਆ ਕਿ ਮੋਟਰਸਾਈਕਲ ਰਸਤੇ ਵਿੱਚ ਲੱਗੇ ਖੰਭੇ ਦੇ ਨਾਲ ਟਕਰਾਇਆ ਅਤੇ ਕਿਸੇ ਰਾਹਗੀਰਾਂ ਦੀ ਮਦਦ ਨਾਲ BBMB ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ। ਡਿਸਚਾਰਜ ਬੱਚਿਆਂ ਦਾ ਘਰ ਲੈ ਕੇ ਜਾ ਰਹੇ ਸੀਗੇ। ਗੱਡੀ ਵਿੱਚ ਬੱਚੇ ਸੀਗੇ, ਮੇਰੀ ਮਿਸਿਸ ਸੀਗੀ ਤੇ ਮੇਰੀ ਲੜਕੀ ਸੀਗੀ ਤੇ ਉਹ ਬੱਚੇ ਲੈ ਕੇ ਜਾ ਰਹੇ ਸੀ। ਗੱਡੀ ਮੁਰ ਮੁਰ ਸੀ, ਪਿੱਛੇ ਸੀਗੇ ਸਾਡੇ ਤੇ ਮੋਟਰਸਾਈਕਲ ਸੀਗੇ ਜਿਹਦਾ ਗੱਡੀ ਚੰਦਾ। ਫਿਰ ਠੀਕ ਸੀ, ਕਹਾਣੀ ਮੁੱਕ ਗਈ ਸੀ। ਬਸ ਉਹ ਉੱਥੇ ਪਤਾ ਨੀ ਕਿਆ ਗੱਲ ਆ, ਜਾ ਕੇ ਸਿੱਧਾ ਪੋਲ ਸੀ, ਪੋਲ ਜਾ ਕੇ ਕੁਲਵਿੰਦਰ ਸਿੰਘ ਸਾਨੂੰ ਜਗਦੀਸ਼ ਰਾਜ ਕਦੀ ਤੋਂ ਇਹ ਆਈਡੈਂਟੀਫਾਈਡ ਨਹੀਂ ਥਾ ਐਂਡ ਹੀ ਵਾਸ ਬਰੋਡ ਡੈਡ ਜਦੋਂ ਇੱਥੇ ਆਇਆ ਤਾਂ ਕੋਈ ਔਨ ਲੁਕਰ ਸੀਗੇ ਜਿਹੜੇ ਪਾਸਰ ਬਾਏ ਉਹ ਛੋੜ ਕੇ ਗਏ ਇੱਥੇ ਬਰੋਡ ਡੈਡ 12 ਵਜੇ ਕਰੀਬ ਆਇਆ। ਸ੍ਰੀ ਅਨੰਦਪੁਰ ਸਾਹਿਬ ਤੋਂ ਪੰਵਰਾ ਦੀ ਰਿਪੋਰਟ, ਚੈਨਲ 2।